ਸਾਡੇ ਨਾਲ ਮੌਜੂਦ ਨੇ ਅਸ਼ਵਨੀ ਕੁਮਾਰ ਆਸ਼ੂ ਐਕਸ ਵਾਈਸ ਪ੍ਰੈਜ਼ੀਡੈਂਟ ਫਲੋਰ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਜੋ ਫਲੋਰ ਦੇ ਬੱਸ ਸਟੈਂਡ ਦੇ ਹਾਲਾਤ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਪੀ ਨਿਊਜ਼ ਵਾਲਿਆਂ ਸਤਿ ਸ਼੍ਰੀ ਅਕਾਲ ਸਰ ਅੱਜ ਫਲੋਰ ਜਿਹੜੇ ਯਾਤਰੀ ਬਾਹਰੋਂ ਆਉਂਦੇ ਨੇ ਔਰ ਜਿਹੜੇ ਯਾਤਰੀ ਫਲੋਰ ਦੇ ਰਹਿਣ ਵਾਲੇ ਨੇ ਜੋ ਯਾਤਰਾ ਕਰਦੇ ਨੇ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਦੇ ਨਾਲ ਜਿਹੜਾ ਉਹ ਜੂਝਣਾ ਪੈ ਰਿਹਾ ਹੈ ਇੰਨੀ ਧੁੱਪ ਗਰਮੀ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਬੱਸ ਸਟੈਂਡ ਦੀ ਕੋਈ ਸੁਵਿਧਾ ਨਹੀਂ ਮਿਲਦੀ ਇਸ ਵਕਤ ਆਪਾਂ ਖੜ੍ਹੇ ਹਾਂ ਨੂਰਮਹਿਲ ਬੱਸ ਸਟੈਂਡ ਦੇ ਉੱਤੇ ਜਿੱਥੇ ਕਿ ਜੋ ਵੀ ਬਾਥਰੂਮਾਂ ਦੇ ਹਾਲਾਤ ਜਾਂ ਬੱਸ ਸਟੈਂਡ ਦੇ ਹਾਲਾਤ ਜਾਂ ਪੀਣ ਵਾਲੇ ਪਾਣੀ ਦੇ ਹਾਲਾਤ ਜਾਂ ਸ਼ੈੱਡਾਂ ਦੇ ਹਾਲਾਤ ਜਿਹੜੇ ਉਹ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਚੁੱਕੇ ਹਾਂ ਉਹਦੇ ਬਾਰੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਨਵੀਂ ਜੀ ਸਾਡੇ ਫਲੋਰ ਸ਼ਹਿਰ ਦੀ ਬਦਕਿਸਮਤੀ ਆ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਫਿਰ ਨਗਰ ਕੌਂਸਲ ਫਲੋਰ ਦੇ ਵਿੱਚ ਕਹਿਣ ਨੂੰ ਤਾਂ ਸਾਡੇ 3-4 ਅੱਡੇ ਆ ਸਾਡੇ ਕੋਲ ਬੱਸ ਸਟੈਂਡ ਇੱਕ ਮੇਨ ਬੱਸ ਸਟੈਂਡ ਆ ਇੱਕ ਆ ਨੂਰਮਹਿਲ ਵਾਲਾ ਅੱਡਾ ਜਿੱਥੇ ਆਪਾਂ ਇਸ ਵੇਲੇ ਖੜ੍ਹੇ ਹਾਂ ਇਹ ਬੱਸ ਸਟੈਂਡ ਦਾ ਅੱਡਾ ਕਹਾਉਂਦਾ ਇੱਕ ਨਵੇਂ ਸ਼ਹਿਰ ਵਾਲਾ ਬੱਸ ਅੱਡਾ ਕਹਾਉਂਦਾ ਇੱਕ ਜਲੰਧਰ ਵਾਲਾ ਜਿੱਥੋਂ ਜਲੰਧਰ ਨੂੰ ਬੱਸਾਂ ਜਾਂਦੀਆਂ ਉੱਥੇ ਬੱਸ ਸਟੈਂਡ ਕਹਾਉਂਦਾ ਪਰ ਸਹੀ ਮਾਇਨਿਆਂ ਦੇ ਵਿੱਚ ਫਲੋਰ ਨਿਵਾਸੀਆਂ ਦੇ ਕੋਲ ਬੱਸ ਸਟੈਂਡ ਹੈ ਹੀ ਨਹੀਂ ਆਹ ਜਿਹੜੀ ਤੁਸੀਂ ਗੱਲ ਕਰਦੇ ਹਾਂ ਨੂਰਮਹਿਲ ਅੱਡੇ ਦੀ ਜਿੱਥੇ ਅਸੀਂ ਇਸ ਵੇਲੇ ਖੜ੍ਹੇ ਹਾਂ ਇੱਥੇ ਇੱਕ ਪਹਿਲਾਂ ਸ਼ੈੱਡ ਬਣਾਈ ਹੁੰਦੀ ਸੀ ਉਹ ਵੀ ਡਰਾਈਵਰਾਂ ਨੇ ਰਲ ਮਿਲ ਕੇ ਆਪ ਹੀ ਬਣਾਈ ਸੀ ਨਗਰ ਕੌਂਸਲ ਫਲੋਰ ਦਾ ਇਹਦੇ ਵਿੱਚ ਅੱਜ ਤੱਕ ਕੋਈ ਵੀ ਜਿਹੜਾ ਯੋਗਦਾਨ ਆ ਉਹ ਇਹਨਾਂ ਨੂੰ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਜਿਹੜੀ ਤੁਸੀਂ ਗੱਲ ਕਰਦੇ ਪੀਣ ਵਾਲੇ ਪਾਣੀ ਦੀ ਹਾਂ ਇੱਕ ਵਾਟਰ ਕੂਲਰ ਲੱਗਾ ਆ ਇਹ ਪਤਾ ਨਹੀਂ ਕਿਹੜੇ ਦਾਨੀ ਸੱਜਣ ਨੇ ਦਾਨ ਕੀਤਾ ਹੋਣਾ ਨਗਰ ਕੌਂਸਲ ਵਾਲੇ ਕੁਛ ਨਹੀਂ ਕਰਦੇ ਆਹ ਬਾਥਰੂਮ ਦੀ ਤੁਸੀਂ ਗੱਲ ਕੀਤੀ ਮੈਂ ਪਹਿਲਾਂ ਵੀ ਇੱਕ ਵਾਰੀ ਇਹਦੇ ਬਾਰੇ ਬੋਲ ਚੁੱਕਾ ਵੀ ਇਹੋ ਜਿਹੇ ਬਾਥਰੂਮ ਲੱਖਾਂ ਰੁਪਈਏ ਲਾ ਕੇ ਨਗਰ ਕੌਂਸਲ ਫਲੋਰ ਨੇ ਲੋਕਾਂ ਦੇ ਉੱਤੇ ਬੋਝ ਪਾਇਆ ਪਰ ਇਹ ਬਾਥਰੂਮ ਕਹਿੰਦੇ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਇਹ ਬਾਥਰੂਮਾਂ ਨੇ ਜੇ ਬੰਦ ਹੀ ਰਹਿਣਾ ਜੇ ਇੱਥੇ ਕਿਸੇ ਨੂੰ ਵਾਸ਼ਰੂਮ ਜਾਣ ਦੀ ਸਹੂਲਤ ਹੀ ਨਹੀਂ ਤਾਂ ਇਹਨੂੰ ਬਣਾਉਣ ਦਾ ਵੀ ਮੈਂ ਸਮਝਦਾ ਵੀ ਕੋਈ ਫਾਇਦਾ ਨਹੀਂ ਹੈ ਅਗਲੀ ਗੱਲ ਤੁਸੀਂ ਪੁੱਛੋ ਜੀ ਮੈਨੂੰ ਜੋ ਤੁਸੀਂ ਪੁੱਛਣਾ ਚਾਹੁੰਦੇ ਆ ਮੈਂ ਤੁਹਾਡੀ ਲੱਖਾਂ ਕਰੋੜਾਂ ਰੁਪਇਆਂ ਦਾ ਜਿਹੜਾ ਉਹ ਟੈਂਡਰ ਲਗਾਇਆ ਜਾ ਰਿਹਾ ਸਾਡੀਆਂ ਬੱਸ ਚਾਲਕਾਂ ਦੇ ਨਾਲ ਕਨੈਕਟਰਾਂ ਦੇ ਨਾਲ ਵੀ ਗੱਲ ਹੋਈ ਕਿ ਉਹ ਜਿਹੜੀ ਅੱਡਾ ਫੀਸ ਦੇ ਕੇ ਇੱਥੇ ਆਪਣੀ ਜਾਂਦੇ ਨੇ ਉਹ ਅੱਡਾ ਫੀਸ ਦਾ ਕਿਤੇ ਲੱਗਿਆ ਨਜ਼ਰ ਤਾਂ ਨਹੀਂ ਆ ਰਿਹਾ ਦੇਖੋ ਗੱਲ ਇਹ ਆ ਭਈ ਮੈਂ ਜਾਤੀ ਤੌਰ 'ਤੇ ਇਹ ਗੱਲ ਸਮਝਦਾ ਕਿ ਨਗਰ ਕੌਂਸਲ ਫਲੋਰ ਨੂੰ ਬੱਸ ਅੱਡੇ ਦੀ ਫੀਸ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਜਦ ਤੱਕ ਉਹਨੇ ਸਵਾਰੀਆਂ ਨੂੰ ਕੋਈ ਸਹੂਲਤ ਨਹੀਂ ਦੇਣੀ ਤਦ ਤੱਕ ਉਹਨਾਂ ਨੂੰ ਜਿਹੜਾ ਇਹ ਬੱਸ ਦਾ ਜਿਹੜਾ ਇਹ ਅੱਡੇ ਦੀ ਫੀਸ ਲੈਂਦੇ ਆ ਉਹ ਲੈਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਜਿਹੜਾ ਮੇਨ ਸਾਡਾ ਹੈਗਾ ਬੱਸ ਅੱਡਾ ਉੱਥੇ ਵੀ ਜਿਹੜੇ ਨਗਰ ਕੌਂਸਲ ਫਲੋਰ ਨੇ ਮੁਲਾਜ਼ਮ ਛੱਡੇ ਹੋਏ ਆ ਉਹ ਵੀ ਵਿਚਾਰੇ ਬੱਸ ਸਟੈਂਡ ਦੇ ਉੱਤੇ ਬੱਸਾਂ ਦੇ ਮਗਰ ਭੱਜ ਭੱਜ ਕੇ ਪਰਚੀਆਂ ਕੱਟਦੇ ਆ ਜੇ ਅੱਡਾ ਹੋਵੇ ਬੱਸ ਅੱਡੇ ਵਿੱਚ ਜਾਵੇ ਆਰਾਮ ਨਾਲ ਬਾਹਰ ਆਵੇ ਤਾਂ ਉੱਥੋਂ ਪਰਚੀ ਕੱਟੀ ਜਾਵੇ ਇਸ ਕਰਕੇ ਮੈਂ ਸਮਝਦਾ ਕਿ ਬੱਸ ਸਟੈਂਡ ਵਾਲੇ ਪਾਸਿਓਂ ਤਾਂ ਜਿਹੜੀ ਨਾ ਇਹ ਸਰੇਆਮ ਨਗਰ ਕੌਂਸਲ ਫਲੋਰ ਨੇ ਲੁੱਟ ਮਚਾਈ ਹੋਈ ਆ 29-29 ਲੱਖ ਦਾ ਠੇਕਾ ਬੱਸ ਸਟੈਂਡ ਦਾ ਚੜ੍ਹਦਾ ਸੀ ਔਰ ਆਹ ਅੱਜ ਕੱਲ੍ਹ ਬੱਸਾਂ ਵੀ ਘੱਟ ਹੋ ਗਈਆਂ ਕਰੋਨਾ ਕਰਕੇ ਔਰ ਕੋਈ ਵੀ ਇਸ ਵੇਲੇ ਜੋ ਹਾਲਾਤ ਆ ਕਿਉਂਕਿ ਫੈਸਿਲਿਟੀ ਨਹੀਂ ਦੇ ਪਾ ਰਹੇ ਤਾਂ ਅੱਡਾ ਕੋਈ ਵੀ ਇਸ ਵੇਲੇ ਅੱਡਾ ਜਿਹੜਾ ਆ ਠੇਕੇਦਾਰ ਕੋਈ ਵੀ ਅੱਡਾ ਲੈਣ ਨੂੰ ਤਿਆਰ ਨਹੀਂ ਸੋ ਮੈਂ ਸਮਝਦਾ ਕਿ ਸਾਡੇ ਫਲੋਰ ਸ਼ਹਿਰ ਦੀ ਫਲੋਰ ਨਿਵਾਸੀਆਂ ਦੀ ਬੜੀ ਬਦਕਿਸਮਤੀ ਆ ਕਿ ਉਹਨਾਂ ਨੇ ਕਦੀ ਇਕੱਠੇ ਹੋ ਕੇ ਹਮਲਾ ਹੀ ਨਹੀਂ ਮਾਰਿਆ ਵੀ ਸਾਨੂੰ ਕੋਈ ਚੱਜ ਦਾ ਬੱਸ ਸਟੈਂਡ ਮਿਲ ਜਾਏ ਜਿਵੇਂ ਕਿ ਤੁਸੀਂ ਇੱਕ ਸਮਾਜ ਸੇਵੀ ਦੇ ਵਿੱਚ ਤੁਹਾਡਾ ਨਾਮ ਉੱਭਰ ਆਉਂਦਾ ਹੈ ਤੁਸੀਂ ਲੋਕਾਂ ਦੀ ਆਵਾਜ਼ ਇਸ ਅੱਡੇ ਦੀ ਨੂੰ ਉਠਾਓਗੇ ਨਵੀਂ ਜੀ ਮੈਂ ਅੱਜ ਤੋਂ ਪ੍ਰਣ ਕਰ ਲਿਆ ਕਿ ਜਦ ਜਦ ਵੀ ਅਸ਼ਨੀ ਕੁਮਾਰ ਬੋਲੂਗਾ ਨਗਰ ਕੌਂਸਲ ਫਲੋਰ ਦੀ ਪੋਲ ਖੋਲੂਗਾ ਕਿਉਂਕਿ ਇੱਥੇ ਸਵਾਏ ਕਾਲੇ ਮਾਲੇ ਤੋਂ
कुछ भी नज़र नहीं आता। आ तुसी थोड़ी देर पहला इतने ट्रैफिक का मंदा हाल देखिया। मैं हुणे हुणे लुधियाणे वाली बस तों उतरिया तां तुसी मूवी बना रहे सीगे। मैं कहना पे जे शहर दे विचों मेरे बहुत ही सत्कारयोग चौधरी संतोख सिंह जी दो वारी मैंबर पार्लीमेंट रहे, इन्हां तों पहला श्रीमती संतोष चौधरी मैंबर पार्लीमेंट रही। और लगा मैं कि सरदार सिंह अडवाल जिहड़े जलंधर दी कॉन्स्टिट्यूएंसी साडे फलोर जिन्हां दा एक साडी सीगी इह हलका सीगा, उत्थों सरदार चरणजीत सिंह अटवाल जिते जो हिंदुस्तान दे डिप्टी स्पीकर बने। और साडी बदकिस्मती है कि असीं उत्थे दे उत्थे ही आ, परनाला उत्थे दी उत्थे ही आ। साडी हालत इह ही आ ते बुढ़ी मर गई ते कुड़ी जम पई। आ जिहड़ा एक नकोदर वाला आ रोड फट गया, मैं पहला भी बेनती कर हटिया कि जे सरकार इस वाले पासे ध्यान दिंदियां जां नगर कौंसल फलोर इस वाले पासे नूं ध्यान दिंदी। कला दोषी मैं नगर कौंसल फलोर नूं नहीं ठहराउंदा, मैं फलोर दे लोकां नूं भी दोषी ठहराउंदा जिहड़े आवाज़ नहीं उठाउंदे पे साडा जिहड़ा इह पुल आ इह जदों भी असीं लंघदे हां तां फाटक बंद मिलदा तां इत्थे कोई ना कोई एक्सीडेंट होण दे बहुत वड्डे खतरे रहिंदे आ। मेरा फलोर वासियां दे नाल गल्लबात होई, फलोर वासियां दा ये कहना सी जदों पिछे नगर कौंसल फलोर दे इलैक्शन होए साडे चैनल वल्लों ये आवाज़ बुलंद की गई, लोगों की ग्राउंड जीरो ते जाके रिपोर्ट की गई और लोगों की बहुत वड्डी मंग सी। उन्हां दा ये कहना सी कि फलोर च बस स्टैंड की बहुत वड्डी समस्या और समस्या उहदे नाल होर सी, उह जिहड़ा एक शहर नूं दो हिस्सों के वंडिया होया। कहना चाहोंगे जो इत्थे रेलवे फाटक आ वह 24 घंटे चो 23 घंटे बंद ही रहिंदा है। मैं तो जनाब नूं पहलां ही बेनती की आ तुसीं मेरे आने तो पहलां जो तस्वीर लै रहे सीगियां जो ट्रैफिक का बदहाल सीगा वह तुसीं अपनी अखीं देख लिया। आ शहर वालिआं ने भी नज़ारा देखिआ, इन्हां नूं पुछ लो भई इह इत्थे रहिंदे इन्हां दा की हाल आ। अज जे बस स्टैंड फलोर दे नां दे उत्ते 29 लाख की ठगी हो रही आ, 30 लाख के टेंडर लगते आ, मैं नगर कौंसल फलोर नूं शहर वालों वालों बेनती करनी चाहुंदा कि जे तुसीं अड्डा की फीस वसूल करनी आ तां तुहानूं इत्थे सवारियों के बहन वास्ते इंतजाम करना चाहिए, इत्थे शैड पा के देनी चाहिए है, बाथरूम खुले होने चाहिए आ, पानी का इंतजाम होना चाहिए तां तुसीं अड्डा फीस लैण दे अधिकारी आ, नहीं तां तुसीं अड्डा फीस लैणी बंद करो, नहीं तो सत्या होया शहर जिहड़ा उह कितना कितना संघर्ष जरूर करूगा। नवी पटवालिया दे नाल विकास दी फ्लोर तों खास रिपोर्ट।